ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਿਓ ਫੈਕਟ ਨਿਊਜ਼ ਖਬਰਾਂ ਫਟਾਫਟ ਦੇ ਵਿੱਚ ਤੁਹਾਡਾ ਸਵਾਗਤ ਹੈ ਰੁਕ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਵੱਲ ਹੁਸ਼ਿਆਰਪੁਰ ਵਿੱਚ ਸਿਹਤ ਅਫਸਰ ਨੇ ਛਾਪਾਮਾਰ ਸੀਲ ਕੀਤੀ ਗੁੜ ਦੀ ਕੁਲਾੜੀ ਗੰਨੇ ਤੋਂ ਬਿਨਾਂ ਹੀ ਕੈਮੀਕਲ ਅਤੇ ਖਰਾਬ ਖੰਡ ਨਾਲ ਤਿਆਰ ਕੀਤਾ ਜਾ ਰਿਹਾ ਸੀ ਗੁੜ ਅਤੇ ਸ਼ੱਕਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਮਨਪ੍ਰੀਤ ਬਾਦਲ ਨੇ ਵਾਪਸ ਲਈ ਅਗਾਊਂ ਜ਼ਮਾਨਤ ਅਰਜ਼ੀ ਐੱਫ ਆਈ ਆਰ ਦਰਜ ਹੋਣ ਤੋਂ ਬਾਅਦ ਉਸਦੇ ਆਧਾਰ ਉੱਤੇ ਦੁਬਾਰਾ ਲਗਾਈ ਜਾਵੇਗੀ ਅਰਜ਼ੀ ਢਿੱਲੋਂ ਭਰਾਵਾਂ ਦੇ ਮਾਮਲੇ ਵਿੱਚ ਐੱਸ ਐੱਚ ਓ ਨਵਦੀਪ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਹੋਵੇਗਾ ਤਿੱਖਾ ਸੰਘਰਸ਼ ਪਰਿਵਾਰ ਨੇ ਕੀਤੇ ਐਲਾਨ ਮੋਰਿੰਡਾ ਵਿੱਚ ਫਿਰ ਵਾਪਰੀ ਬੇਅਦਬੀ ਦੀ ਘਟਨਾ ਘਰ ਦੀ ਛੱਤ ਉੱਤੇ ਰੱਖੇ ਗਏ ਸਨ ਪਵਿੱਤਰ ਧਾਰਮਿਕ ਗ੍ਰੰਥ ਸਭ ਤੋਂ ਨਿਕੰਮਾ ਅਤੇ ਝੂਠਾ ਮੁੱਖ ਮੰਤਰੀ ਭਗਵੰਤ ਮਾਨ ਸੁਖਬੀਰ ਬਾਦਲ ਨੇ ਕਰਜ਼ੇ ਨੂੰ ਲੈ ਕੇ ਸਾਧਿਆ ਮਾਨ ਸਰਕਾਰ ਉੱਤੇ ਨਿਸ਼ਾਨਾ ਬਠਿੰਡਾ ਵਿੱਚ ਚਪੜਾਸੀ ਦੀਆਂ 12 ਪੋਸਟਾਂ ਲਈ 14,000 ਵਿਅਕਤੀਆਂ ਨੇ ਕੀਤਾ ਅਪਲਾਈ ਬੀ ਏ ਐੱਮ ਏ ਅਤੇ ਵੱਡੀਆਂ ਡਿਗਰੀ ਵਾਲੇ ਵੀ ਚਪੜਾਸੀ ਭਰਤੀ ਹੋਣ ਲਈ ਖਾ ਰਹੇ ਧੱਕੇ ਮੈਡੀਕਲ ਲਈ ਲਿਆਂਦਾ ਮੁਲਜ਼ਮ ਏ ਐੱਸ ਆਈ ਦੀ ਗੱਡੀ ਲੈ ਕੇ ਹੋਇਆ ਫਰਾਰ ਬਠਿੰਡਾ ਪੁਲਿਸ ਉੱਤੇ ਫਿਰ ਉੱਠੇ ਵੱਡੇ ਸਵਾਲ ਸਮਾਣਾ ਦੇ ਕਿਸਾਨ ਨੂੰ ਆਇਆ 3,27,000 ਦਾ ਬਿਜਲੀ ਬਿੱਲ ਬਿਜਲੀ ਮਹਿਕਮਾ ਫਿਰ ਸਵਾਲਾਂ ਦੇ ਘੇਰੇ ਵਿੱਚ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਆਪ ਸਰਕਾਰ ਉੱਤੇ ਤੰਜ ਕਿਹਾ ਪੰਜਾਬ ਦੇ ਮੰਤਰੀਆਂ ਨੂੰ ਨਹੀਂ ਲੈਂਦਾ ਕੋਈ ਸੀਰੀਅਸ ਪ੍ਰਤਾਪ ਸਿੰਘ ਬਾਜਵਾ ਉੱਤੇ ਅਕਾਲੀ ਦਲ ਦਾ ਤੰਜ ਕਿਹਾ 32 ਨਹੀਂ 92 ਵਿਧਾਇਕ ਹੀ ਤੁਹਾਡੇ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਦੇਸ਼ ਦੁਨੀਆ ਦੀਆਂ ਤਮਾਮ ਖਬਰਾਂ ਲਈ ਤੁਸੀਂ ਦੇਖਦੇ ਰਹਿਣਾ ਦਾ ਫੈਕਟ ਨਿਊਜ਼ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਿਓ ਫੈਕਟ ਨਿਊਜ਼ ਖਬਰਾਂ ਫਟਾਫਟ ਦੇ ਵਿੱਚ ਤੁਹਾਡਾ ਸਵਾਗਤ ਹੈ ਰੁਕ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਵੱਲ ਹੁਸ਼ਿਆਰਪੁਰ ਵਿੱਚ ਸਿਹਤ ਅਫਸਰ ਨੇ ਛਾਪਾਮਾਰ ਸੀਲ ਕੀਤੀ ਗੁੜ ਦੀ ਕੁਲਾੜੀ ਗੰਨੇ ਤੋਂ ਬਿਨਾਂ ਹੀ ਕੈਮੀਕਲ ਅਤੇ ਖਰਾਬ ਖੰਡ ਨਾਲ ਤਿਆਰ ਕੀਤਾ ਜਾ ਰਿਹਾ ਸੀ ਗੁੜ ਅਤੇ ਸ਼ੱਕਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਮਨਪ੍ਰੀਤ ਬਾਦਲ ਨੇ ਵਾਪਸ ਲਈ ਅਗਾਊਂ ਜ਼ਮਾਨਤ ਅਰਜ਼ੀ ਐੱਫ ਆਈ ਆਰ ਦਰਜ ਹੋਣ ਤੋਂ ਬਾਅਦ ਉਸਦੇ ਆਧਾਰ ਉੱਤੇ ਦੁਬਾਰਾ ਲਗਾਈ ਜਾਵੇਗੀ ਅਰਜ਼ੀ ਢਿੱਲੋਂ ਭਰਾਵਾਂ ਦੇ ਮਾਮਲੇ ਵਿੱਚ ਐੱਸ ਐੱਚ ਓ ਨਵਦੀਪ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਹੋਵੇਗਾ ਤਿੱਖਾ ਸੰਘਰਸ਼ ਪਰਿਵਾਰ ਨੇ ਕੀਤੇ ਐਲਾਨ ਮੋਰਿੰਡਾ ਵਿੱਚ ਫਿਰ ਵਾਪਰੀ ਬੇਅਦਬੀ ਦੀ ਘਟਨਾ ਘਰ ਦੀ ਛੱਤ ਉੱਤੇ ਰੱਖੇ ਗਏ ਸਨ ਪਵਿੱਤਰ ਧਾਰਮਿਕ ਗ੍ਰੰਥ ਸਭ ਤੋਂ ਨਿਕੰਮਾ ਅਤੇ ਝੂਠਾ ਮੁੱਖ ਮੰਤਰੀ ਭਗਵੰਤ ਮਾਨ ਸੁਖਬੀਰ ਬਾਦਲ ਨੇ ਕਰਜ਼ੇ ਨੂੰ ਲੈ ਕੇ ਸਾਧਿਆ ਮਾਨ ਸਰਕਾਰ ਉੱਤੇ ਨਿਸ਼ਾਨਾ ਬਠਿੰਡਾ ਵਿੱਚ ਚਪੜਾਸੀ ਦੀਆਂ 12 ਪੋਸਟਾਂ ਲਈ 14,000 ਵਿਅਕਤੀਆਂ ਨੇ ਕੀਤਾ ਅਪਲਾਈ ਬੀ ਏ ਐੱਮ ਏ ਅਤੇ ਵੱਡੀਆਂ ਡਿਗਰੀ ਵਾਲੇ ਵੀ ਚਪੜਾਸੀ ਭਰਤੀ ਹੋਣ ਲਈ ਖਾ ਰਹੇ ਧੱਕੇ ਮੈਡੀਕਲ ਲਈ ਲਿਆਂਦਾ ਮੁਲਜ਼ਮ ਏ ਐੱਸ ਆਈ ਦੀ ਗੱਡੀ ਲੈ ਕੇ ਹੋਇਆ ਫਰਾਰ ਬਠਿੰਡਾ ਪੁਲਿਸ ਉੱਤੇ ਫਿਰ ਉੱਠੇ ਵੱਡੇ ਸਵਾਲ ਸਮਾਣਾ ਦੇ ਕਿਸਾਨ ਨੂੰ ਆਇਆ 3,27,000 ਦਾ ਬਿਜਲੀ ਬਿੱਲ ਬਿਜਲੀ ਮਹਿਕਮਾ ਫਿਰ ਸਵਾਲਾਂ ਦੇ ਘੇਰੇ ਵਿੱਚ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਆਪ ਸਰਕਾਰ ਉੱਤੇ ਤੰਜ ਕਿਹਾ ਪੰਜਾਬ ਦੇ ਮੰਤਰੀਆਂ ਨੂੰ ਨਹੀਂ ਲੈਂਦਾ ਕੋਈ ਸੀਰੀਅਸ ਪ੍ਰਤਾਪ ਸਿੰਘ ਬਾਜਵਾ ਉੱਤੇ ਅਕਾਲੀ ਦਲ ਦਾ ਤੰਜ ਕਿਹਾ 32 ਨਹੀਂ 92 ਵਿਧਾਇਕ ਹੀ ਤੁਹਾਡੇ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਦੇਸ਼ ਦੁਨੀਆ ਦੀਆਂ ਤਮਾਮ ਖਬਰਾਂ ਲਈ ਤੁਸੀਂ ਦੇਖਦੇ ਰਹਿਣਾ ਦਾ ਫੈਕਟ ਨਿਊਜ਼